मनी नाम दा लड़का साडे दफ्तर विच कोई भी काम नहीं करदा। ਉਹ ਕੋਈ ਬਾਹਰ ਦਾ ਹੀ ਲੜਕਾ ਹੈ ਤੇ ਜਿਹੜੀ ਰਜਿਸਟਰੀ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਡੀਸਾ ਵੱਲੋਂ ਹੁਕਮ ਪ੍ਰਾਪਤ ਹੋ ਗਏ ਨੇ ਕਿ ਉਹਦੀ ਇਨਕੁਆਰੀ ਹੋਊਗੀ ਤੇ ਜਿਹੜਾ ਵੀ ਉਹਦੇ ਵਿੱਚ ਦੋਸ਼ੀ ਪਾਇਆ ਜਾਊਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਪਤਾ ਲੱਗਾ ਕਿ ਸਮਨ ਵੀ ਜਾਰੀ ਕੀਤੇ ਗਏ ਨੇ। ਹਾਂਜੀ ਬਿਲਕੁਲ ਡੈਫੀਨੇਟਲੀ ਇਨਕੁਆਰੀ ਦੌਰਾਨ ਹੁਣ ਜਿਹੜੇ ਆ ਸੰਬੰਧਿਤ ਧਿਰਾਂ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਤੇ ਮਨੀ ਉੱਤੇ ਕਾਰਵਾਈ ਕੀਤੀ ਜਾਵੇਗੀ ਜੇ ਉਹ ਦੋਸ਼ੀ ਪਾਇਆ ਜਾਊਗਾ ਤੇ ਬਣਦੀ ਕਾਰਵਾਈ ਉੱਤੇ ਜ਼ਰੂਰ ਹੋਏਗੀ। ਜਗਬਨ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਤਰਨ ਤਾਰਨ ਦੇ ਤਹਿਸੀਲ ਦੇ ਵਿੱਚ ਜਿਹੜੇ ਕਿ ਅਸਗਿਮ ਤਹਿਸੀਲ ਹੈ ਉਸ ਦੇ ਵਿੱਚ ਕਚਹਿਰੀਆਂ ਦੇ ਵਿੱਚ ਇੱਕ ਰਜਿਸਟਰੀ ਜਿਹੜੀ ਆ ਜਾਲੀ ਹੋਈ ਤਾਂ ਉਹ ਅਖਬਾਰਾਂ ਦੀ ਸਭ ਤੋਂ ਵੱਡੀ ਸੁਰਖੀ ਜਿਹੜੀ ਉਹ ਬਣਿਆ ਹੋਇਆ ਹੈ। ਉਹਦੇ ਨਾਲ ਨਾਲ ਵੇਖਣ ਨੂੰ ਕਿ ਮਣੀ ਨਾਮ ਦੇ ਲੜਕੇ ਵੱਲੋਂ ਜਿਹੜਾ ਵਾ ਜਿਹੜੇ ਕਾਗਜ਼ਾਤ ਪੇਸ਼ ਕੀਤੇ ਗਏ ਸੀ ਉਹ ਕਾਗਜ਼ਾਤ ਸਾਰੇ ਜਾਲੀ ਜਿਹੜੇ ਆ ਉਹ ਪਾਏ ਗਏ ਨੇ ਕਿਉਂਕਿ ਮਣੀ ਨਾਮ ਦਾ ਲੜਕਾ ਜਿਹੜਾ ਇੱਥੇ ਸੀ ਕਿਉਂਕਿ ਨਾ ਉਹ ਸਰਕਾਰੀ ਜੌਬ ਕਰਦਾ ਹੈ ਨਾ ਹੀ ਇਹਦਾ ਅਦਾਰੇ ਦੇ ਵਿੱਚ ਕੋਈ ਲੈਣਾ ਨਾ ਕੋਈ ਦੇਣਾ ਹੈ ਉਹ ਪਰ ਜਿਹੜੇ ਡਾਕੂਮੈਂਟ ਪੇਸ਼ ਕੀਤੇ ਗਏ ਸੀ ਉਹਦੇ ਵੱਲੋਂ ਬਣਾ ਕੇ ਉਹ ਸਾਰੇ ਦੇ ਸਾਰੇ ਡਾਕੂਮੈਂਟ ਜਾਲੀ ਪਾਏ ਗਏ ਨੇ ਤਾਂ ਜਾਲੀ ਦੇ ਆਧਾਰ ਦੇ ਉੱਪਰ ਉਸ ਡਾਕੂਮੈਂਟ ਦੇ ਆਧਾਰ ਦੇ ਉੱਪਰ ਜਿਹੜਾ ਕਿ ਤਰਨ ਤਾਰਨ ਦੇ ਡੀਸੀ ਵੱਲੋਂ ਸਖਤ ਨਿਰਦੇਸ਼ ਔਰ ਤਹਿਸੀਲਦਾਰ ਵੱਲੋਂ ਵੀ ਜਿਹੜਾ ਸੰਮਨ ਜਾਰੀ ਕਰ ਦਿੱਤੇ ਗਏ ਨੇ ਕਿ ਜਲਦ ਤੋਂ ਜਲਦ ਪੇਸ਼ ਹੋਵੇ ਔਰ ਸਾਰਾ ਜਿਹੜਾ ਸੱਚ ਆ ਉਹ ਦੱਸਿਆ ਜਾਵੇ। ਅਗਰ ਨਹੀਂ ਪੇਸ਼ ਹੁੰਦੇ ਤਾਂ ਉਹਦੇ ਉੱਪਰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਇੱਥੇ ਦੱਸਣਾ ਚਾਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਇਸ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਕਿਸੇ ਤਰ੍ਹਾਂ ਦਾ ਵੀ ਬਿਲਕੁਲ ਪਸੰਦ ਨਹੀਂ। ਆਮ ਲੋਕ ਆਮ ਜਨਤਾ ਜਿਹੜੀ ਇੱਥੇ ਆਉਂਦੀ ਹੈ ਉਹਨਾਂ ਦਾ ਮੰਨਣਾ ਹੈ ਕਿ ਜੇ ਇਸ ਤਰ੍ਹਾਂ ਚੀਜ਼ ਹੋ ਜਾਂਦੀ ਹੈ ਤਾਂ ਫਿਰ ਬਹੁਤ ਵੱਡਿਆ ਗਲਤ ਹੈ ਔਰ ਤਹਿਸੀਲ ਦੇ ਵਿੱਚ ਹੈਗੇ ਆ। ਤੁਸੀਂ ਵੇਖ ਸਕਦੇ ਤਸਵੀਰਾਂ ਜਿਹੜੀਆਂ ਕਿ ਸਾਹਮਣੇ ਤਹਿਸੀਲਦਾਰ ਬੈਠੇ ਔਰ ਇੱਥੋਂ ਰਜਿਸਟਰੀਆਂ ਹੋ ਰਹੀਆਂ ਨੇ ਜਿਹੜੀ ਉਹ ਰਜਿਸਟਰੀ ਕਰਾਈ ਗਈ ਸੀ ਉਹ ਰਜਿਸਟਰੀ ਜਿਹੜੀ ਆ ਬਿਲਕੁਲ ਜਾਲੀ ਕਾਗਜ਼ਾਂ ਦੇ ਉੱਤੇ ਪਾਈ ਗਈ ਹੈ ਔਰ ਮਣੀ ਦੇ ਉੱਪਰ ਕਾਰਵਾਈ ਕਰਨ ਦੇ ਸਖਤ ਨਿਰਦੇਸ਼ ਜਿਹੜੇ ਆ ਉਹ ਜਾਰੀ ਕਰ ਦਿੱਤੇ ਗਏ ਨੇ। ਵਿਜੇ ਕੁਮਾਰ, ਜਗਬਨ ਟੀਵੀ, ਤਰਨ ਤਾਰਨ।